ਸੰਡੇ ਸਕੂਲ ਦੇ ਸਿੱਖਾਂ ਵਾਲਾ ਸਾਰੀ ਇਕੱਲਾ ਸਿੱਖਾਂ ਵਾਲਾ ਅਤੇ ਸਟਾਫ ਵੀ ਬਹੁਤ ਜ਼ਿਆਦਾ ਧੰਨਵਾਦੀ ਹਾਂ ਜਿਨ੍ਹਾਂ ਨੇ ਇਸ ਹਰਬਲ ਪਾਰਕ ਦੀ ਸ਼ੁਰੂਆਤ ਕੀਤੀ ਹੈ ਕਿਉਂਕਿ ਇਹ ਅੱਜ ਜੋ ਵਾਤਾਵਰਨ ਦੇ ਵਿੱਚ ਇੱਕ ਬਹੁਤ ਹੀ ਗੈਰ ਜ਼ਿੰਮੇਵਾਰਾਨਾ ਲੋਕਾਂ ਕਰਕੇ ਤਬਦੀਲੀ ਆ ਰਹੀ ਹੈ ਉਹਨੂੰ ਸੁਧਾਰਨ ਦਾ ਜੋ ਨਿਮਾਣਾ ਜਿਹਾ ਉਪਰਾਲਾ ਕੀਤਾ ਗਿਆ ਉਹ ਬਹੁਤ ਵਧੀਆ ਉਦਮ ਹੈ ਅਤੇ ਮੈਂ ਇਹ ਵੀ ਆਸ ਕਰਦਾ ਇਸ ਸਟਾਫ ਤੋਂ ਬਲਾਕ ਅਫਸਰ ਸਾਹਿਬ ਜਿਹੜੇ ਹੈਗੇ ਆ ਰਮਾਣਾ ਸਾਹਿਬ ਭਾਈ ਜੀ ਢਿੱਲੋਂ ਸਾਹਿਬ ਅਤੇ ਹੋਰ ਸਾਰੇ ਸਟਾਫ ਤੋਂ ਇਹ ਜਿੱਥੇ ਜਿੱਥੇ ਵੀ ਇਹ ਜਾਣ ਅਤੇ ਹਰਬਲ ਪਾਰਕ ਅਤੇ ਦਰੱਖਤਾਂ ਦੀ ਜਿਹੜੀ ਹੈਗੀ ਆ ਅੱਜ ਸਮਾਜ ਨੂੰ ਬਹੁਤ ਲੋੜ ਹੈ ਉਹਦੇ ਵਿੱਚ ਜਿੱਥੇ ਵੀ ਕਿਤੇ ਲੱਗ ਸਕਦੇ ਹੈ ਅਤੇ ਟਾਈਮ ਕੱਢ ਕੇ ਲਾਏ ਜਾ ਸਕਦੇ ਹੈ ਉਹ ਲਾਉਣੇ ਚਾਹੀਦੇ ਹੈ ਤਾਂ ਜੋ ਜਿੰਨਾ ਵਾਤਾਵਰਨ ਦੇ ਵਿੱਚ ਸੁਧਾਰ ਹੋ ਸਕਦਾ ਅਤੇ ਉਹ ਕੀਤਾ ਜਾਵੇ ਦੂਸਰੀ ਬੇਨਤੀ ਮੈਂ ਇਸ ਸਟਾਫ ਨੂੰ ਤੁਹਾਡੇ ਮਾਧਿਅਮ ਰਾਹੀਂ ਅਤੇ ਸਟਾਫ ਰਾਹੀਂ ਇਹ ਕਹਿਣੀ ਚਾਹੁੰਦਾ ਕਿ ਬੱਚਿਆਂ ਨੂੰ ਇੰਨਾ ਕੁ ਮਤਲਬ ਪਰਪੱਕ ਕਰ ਦਿਓ ਕਿ ਉਹਨਾਂ ਦੇ ਪੇਰੈਂਟਸ ਜਿਹੜੇ ਆ ਪਰਾਲੀ ਨੂੰ ਅੱਗ ਨਾ ਲਾਉਣ ਇਹ ਇੰਨਾ ਕੁ ਬੱਚਿਆਂ ਦੇ ਕਿਉਂਕਿ ਅੱਜ ਕੱਲ੍ਹ ਜਿਹੜਾ ਹੈਗਾ ਸਮਾਜ ਦੇ ਵਿੱਚ ਜੇ ਇਨਸਾਨ ਪਿਆਰ ਕਰਦਾ ਸਭ ਤੋਂ ਵੱਧ ਤਾਂ ਉਹ ਆਪਣੇ ਬੱਚਿਆਂ ਨੂੰ ਕਰਦਾ ਅਤੇ ਬੱਚਿਆਂ ਦੀ ਕਹੀ ਹੋਈ ਗੱਲ ਪੱਕੀ ਹੋ ਜਾਂਦੀ ਹੈ ਸੋ ਇੰਨੀ ਬੇਨਤੀਆਂ ਪ੍ਰਵਾਨ ਕਰਿਓ ਤੁਹਾਡੀ ਬਹੁਤ ਬਹੁਤ ਮਿਹਰਬਾਨੀ ਹਾਂਜੀ ਸਰ ਸਾਡੇ ਸਾਰਿਆਂ ਲਈ ਬਹੁਤ ਖੁਸ਼ੀ ਭਰਿਆ ਦਿਹਾੜਾ ਅੱਜ ਵੱਡਾ ਦਿਨ ਹੋਣੇ ਬਿੜਿਆ ਸਾਡੇ ਵਾਸਤੇ ਜਦੋਂ ਸਾਡੇ ਸਰਕਾਰੀ ਪ੍ਰਾਇਮਰੀ ਸਕੂਲ ਸਿੱਖਾਂ ਵਾਲਾ ਦੇ ਵਿੱਚ ਸਿੱਖੋ ਸਾਹਿਬ ਵੱਲੋਂ ਹਰਬਲ ਪਾਰਕ ਬੱਚਿਆਂ ਨੂੰ ਔਰ ਸਪਿਟ ਨੂੰ ਸਮਰਪਿਤ ਕੀਤਾ ਗਿਆ ਇਹ ਸਾਡੇ ਲਈ ਬੜੀ ਖੁਸ਼ੀ ਦੀ ਗੱਲ ਹੈ ਕਿ ਸਾਡੇ ਸਟਾਫ ਦੀ ਬਦੌਲਤ ਸਾਡੀਆਂ ਸੰਸਥਾਵਾਂ ਵਿੱਚ ਭਾਈਚਾਰੇ ਦਾ ਵਿਸ਼ਵਾਸ ਵੱਧ ਰਿਹਾ ਔਰ ਸਿੱਖੋ ਸਾਹਿਬ ਵਰਗੇ ਸਮਾਜ ਸੇਵੀ ਜੋ ਇਸ ਸਮਾਜ ਦੀ ਸੁਸਾਇਟੀ ਦੀ ਪ੍ਰਤੀਨਿਧਤਾ ਕਰਦੇ ਆ ਉਹ ਸਾਡੇ ਨਾਲ ਜੁੜ ਰਹੇ ਆ ਸੋ ਸਿੱਖੋ ਸਾਹਿਬ ਦੇ ਮਦਦ ਨਾਲ ਮੈਂ ਸਾਰੀ ਸੁਸਾਇਟੀ ਨੂੰ ਸੰਦੇਸ਼ ਦੇਣਾ ਚਾਹੁੰਦਾ ਕਿ ਜਿਵੇਂ ਸਾਡੇ ਸਰਕਾਰੀ ਸਕੂਲਾਂ ਨੇ ਪਿਛਲੇ ਸਮੇਂ ਸੈਂਟਰ ਗੌਰਮੈਂਟ ਦੀ ਜਿਹੜੀ ਪੀ ਜੀ ਆਈ ਇੰਡੈਕਸ ਆ ਉਹਦੇ ਵਿੱਚ ਪੰਜਾਬ ਪਹਿਲੇ ਨੰਬਰ 'ਤੇ ਆਇਆ ਸਾਰੇ ਖੇਤਰਾਂ ਦੇ ਵਿੱਚ ਉਸੇ ਤਰ੍ਹਾਂ ਹੁਣ ਆਉਣਲਾਈਨ ਨਵੰਬਰ ਦੇ ਵਿੱਚ ਨੈਸ਼ਨਲ ਅਚੀਵਮੈਂਟ ਸਰਵੇ ਹੋਣ ਜਾ ਰਿਹਾ ਉਹਦੇ ਵਿੱਚ ਸਾਡੇ ਜਿਹੜੇ ਸਕੂਲ ਹੈ ਉਹ ਵੀ ਪੂਰੀ ਸ਼ਾਨਦਾਰ ਪ੍ਰਾਪਤੀ ਕਰਨਗੇ ਔਰ ਇੰਡੀਆ ਦੇ ਵਿੱਚੋਂ ਪੰਜਾਬ ਪਹਿਲੇ ਨੰਬਰ 'ਤੇ ਆਏਗਾ ਔਰ ਜਿਵੇਂ ਸਾਡੇ ਸਹਿਯੋਗੀ ਸੱਜਣ ਸਾਨੂੰ ਸਹਿਯੋਗ ਕਰ ਰਹੇ ਆ ਸਕੂਲਾਂ ਦੇ ਵਿੱਚ ਅਸੀਂ ਉਹਨਾਂ ਦਾ ਸਿਰ ਇਵੇਂ ਮਾਣ ਨੂੰ ਉੱਚਾ ਰੱਖਾਂਗੇ ਔਰ ਜਿਹੜੇ ਸਾਡੇ ਬੱਚੇ ਆ ਇਹਨਾਂ ਨੂੰ ਬਿਹਤਰ ਨਾਗਰਿਕ ਅਸੀਂ ਬਣਾਵਾਂਗੇ ਹਰ ਪਾਸਿਓਂ ਔਰ ਸਾਨੂੰ ਤੁਹਾਡੇ ਤੋਂ ਇਸੇ ਤਰ੍ਹਾਂ ਸਹਿਯੋਗ ਦੀ ਲੋੜ ਹੈ ਥੋੜ੍ਹਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਰ ਜਿਸ ਤਰ੍ਹਾਂ ਗੱਲ ਕੀਤੀ ਜਾਵੇ ਕਿ ਸਿੱਖੋ ਸਾਹਿਬ ਨੇ ਇੱਕ ਮਤਲਬ ਕਿ ਇੱਥੇ ਸੰਯੋਗ ਦਿੱਤਾ ਗੱਲ ਕੀਤੀ ਜਾਵੇ ਜਿਸ ਤਰ੍ਹਾਂ ਹੋਰ ਕੋਈ ਸਮਾਜ ਸੇਵੀ ਸੰਸਥਾਵਾਂ ਉਹਨਾਂ ਨੂੰ ਤੁਹਾਡੇ ਵੱਲੋਂ ਕੀ ਅਪੀਲ ਨਹੀਂ ਸਾਡੀ ਸਾਰੀ ਸਮਾਜ ਸੇਵੀ ਸੰਸਥਾਵਾਂ ਨੂੰ ਮਾਪਿਆਂ ਨੂੰ ਪਿੰਡਾਂ ਦੇ ਪੰਚਾਇਤਾਂ ਨੂੰ ਸਾਨੂੰ ਸਾਰਿਆਂ ਨੂੰ ਸਾਡੀ ਅਪੀਲ ਹੈ ਕਿ ਸਿੱਖਿਆ ਦੇ ਖੇਤਰ ਦੇ ਵਿੱਚ ਬਹੁਤ ਕੁਛ ਹੋਣ ਵਾਲਾ ਸਰਕਾਰ ਵੱਲੋਂ ਬਹੁਤ ਉਪਰਾਲੇ ਕੀਤੇ ਜਾ ਰਹੇ ਅਧਿਆਪਕਾਂ ਵੱਲੋਂ ਬਹੁਤ ਉਪਰਾਲੇ ਕੀਤੇ ਜਾ ਰਹੇ ਆ ਔਰ ਹੁਣ ਜਿਹੜੀ ਸੁਸਾਇਟੀ ਹੈ ਸੁਸਾਇਟੀ ਵੀ ਸਾਡੇ ਨਾਲ ਜੁੜ ਰਹੀ ਹੈ ਸੋ ਸਾਨੂੰ ਸਾਰੀਆਂ ਸਮਾਜ ਸੇਵੀ ਸੰਸਥਾਵਾਂ ਨੂੰ ਸਾਡੀ ਅਪੀਲ ਹੈ ਕਿ ਉਹ ਖੁੱਲ੍ਹ ਕੇ ਆਪਣੇ ਸਾਡੇ ਨਾਲ ਆਉਣ ਤਾਂ ਕਿ ਆਪਾਂ ਜਿਹੜੀ ਸਿੱਖਿਆ ਹੈ ਇਹਨੂੰ ਪ੍ਰਾਇਮਰੀ ਪੱਧਰ 'ਤੇ ਸਿੱਖਿਆ ਨੂੰ ਤਾਂ ਉੱਪਰ ਲੈ ਕੇ ਜਾਈਏ।